ਇੱਥੇ ਚੈਸਟ ਤੇ ਹੱਥ ਲਾਵੇ, ਕੋਈ ਲੈਗਸ ਦੇ ਸੈਂਟਰ ਤੇ ਲਾਵੇ, ਕੋਈ ਇੱਥੇ ਪਿੱਛੇ ਇੱਥੇ ਪਿੱਠੀ ਤੇ ਲਾਵੇ ਨਾ, ਆ ਕੇ ਮੰਮਾ ਨੂੰ ਦੱਸਣਾ ਵਾ। ਤੇ ਜੇ ਕੋਈ ਇਸ ਤਰ੍ਹਾਂ ਕਰੇ ਲਿਪਸ ਤੇ ਤੁਹਾਨੂੰ ਸਿੱਧਾ ਰੋਕ ਦੇਣਾ, ਨੋ ਨੈਵਰ, ਇੰਜ ਨਹੀਂ ਕਰਨਾ, ਮੇਰੇ ਟੱਚ ਨਹੀਂ ਕਰਨਾ, ਭੱਜੇ ਮੰਮਾ ਕੋ ਆਣਾ, ਪਾਪਾ ਕੋ ਆਣਾ। ਤੁਸੀਂ ਸਾਰੇ ਜਾਣਦੇ ਕਿ ਅੱਜ ਕੱਲ੍ਹ ਦਾ ਜ਼ਮਾਨਾ ਬਹੁਤ ਹੀ ਖਰਾਬ ਹੈ ਉੱਥੇ ਦੋਸਤੋ, ਆਪਣੇ ਬੱਚੇ ਬੱਚੀਆਂ ਨੂੰ ਸਾਨੂੰ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਗੁੱਡ ਟੱਚ ਬੈਡ ਟੱਚ ਉਹਨੂੰ ਕੌਣ ਕਿੱਥੇ ਟੱਚ ਕਰ ਸਕਦਾ ਕੌਣ ਨਹੀਂ ਕਰ ਸਕਦਾ ਉਹ ਸਾਰਾ ਕੁਝ ਦੱਸੀ ਹੈ। ਉੱਥੇ ਇਸ ਮਾਤਾ ਨੇ ਵੱਡਾ ਜਿਗਰਾ ਕੀਤਾ ਹੈ ਅਤੇ ਕੈਮਰੇ ਦੇ ਅੱਗੇ ਆ ਕੇ ਇਹ ਸੱਚਾਈ ਦੱਸੀ ਹੈ। ਅਤੇ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਦੇਖੋ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਨੂੰ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ। ਕੋਈ ਲੈਗਸ ਦੇ ਸੈਂਟਰ ਤੇ ਲਾਵੇ, ਕੋਈ ਇੱਥੇ ਪਿੱਛੇ ਇੱਥੇ ਪਿੱਠੀ ਤੇ ਲਾਵੇ ਨਾ, ਆ ਕੇ ਮੰਮਾ ਨੂੰ ਦੱਸਣਾ ਵਾ। ਤੇ ਜੇ ਕੋਈ ਇਸ ਤਰ੍ਹਾਂ ਕਰੇ ਲਿਪਸ ਤੇ ਤੁਹਾਨੂੰ ਸਿੱਧਾ ਰੋਕ ਦੇਣਾ, ਨੋ ਨੈਵਰ, ਇੰਜ ਨਹੀਂ ਕਰਨਾ, ਮੇਰੇ ਟੱਚ ਨਹੀਂ ਕਰਨਾ, ਭੱਜੇ ਮੰਮਾ ਕੋ ਆਣਾ, ਪਾਪਾ ਕੋ ਆਣਾ। ਕੋਈ ਇੱਥੇ ਟੱਚ ਕਰੇ, ਇੱਥੇ ਟੱਚ ਕਰੇ, ਇਹ ਸਾਰੇ ਤੁਸੀਂ ਵੀਡੀਓ ਬਣਾ ਰਹੇ ਹੋ। ਸਭ ਤੋਂ ਪਹਿਲਾ ਵੱਡਾ ਟੀਚਰ ਮਾਂ ਹੈ, ਤੇ ਸਭ ਤੋਂ ਪਹਿਲਾ ਫਰਜ਼ ਇਹ ਹੈ। ਬੈਡ ਟੱਚ ਕੀ ਹੈ, ਗੁੱਡ ਟੱਚ ਕੀ ਹੈ, ਕੋਈ ਸਿਰ ਤੇ ਆਸ਼ੀਰਵਾਦ ਦਿੰਦਾ ਉਹ ਗੁੱਡ ਟੱਚ ਆ, ਕੋਈ ਇਸ ਤਰ੍ਹਾਂ ਕਹਿੰਦਾ ਉਹ ਗੁੱਡ ਆ। ਕੋਈ ਮੈਂ ਵੀ ਤੁਸੀਂ ਇਹ ਪੂਰੀ ਵੀਡੀਓ ਦੇਖ ਰਹੇ ਜਿੱਥੇ ਕਿ ਇੱਕ ਮਾਤਾ ਨੇ ਆਪਣੀ ਕੁੜੀ ਨੂੰ ਦੱਸਿਆ ਕਿ ਉਸਨੂੰ ਕੌਣ ਕਿੱਥੇ ਟੱਚ ਕਰ ਸਕਦੇ, ਕਿ ਸਹੀ ਹੈ ਜਾਂ ਫਿਰ ਗਲਤ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਰੱਖੋ। ਉੱਥੇ ਹੀ ਇਹ ਬੱਚਿਆਂ ਦੇ ਨਾਲ ਨਾਲ ਇਹ ਸਾਨੂੰ ਮੁੰਡਿਆਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਕੌਣ ਕਿੱਥੇ ਕਿੱਥੇ ਟੱਚ ਕਰ ਸਕਦਾ। ਉੱਥੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਜਿਹੜੇ ਉਹ ਦਿਓ ਇਜਾਜ਼ਤ, ਰੱਬ ਰਾਖਾ।